ਕਹਿੰਦਾ ਲਹਿੰਦਿਆਂ ਨੂੰ ਕੌਣ ਪੁੱਛਦਾ, ਘਰ ਵੀ ਬਣੇ ਹੋਏ ਸੋਹਣੇ ਲੱਗਦੇ ਨੇ, ਢਹਿੰਦਿਆਂ ਨੂੰ ਕੌਣ ਪੁੱਛਦਾ। ਸੂਰਜ ਨੂੰ ਬਹੁਤ ਮਾਣ ਸੀ, ਕਹਿੰਦਾ ਇੱਕ ਸੂਰਜ ਨੂੰ ਬਹੁਤ ਮਾਣ ਸੀ ਆਪਣੇ ਚਾਨਣ ਤੇ, ਰਾਤ ਆਈ ਮਿੰਟਾਂ ਚ ਛਾ ਗਈ। ਇੱਕ ਲੱਕੜ ਨੂੰ ਵੀ ਬਹੁਤ ਮਾਣ ਸੀ ਆਪਣੇ ਸਖ਼ਤ ਹੋਣ ਤੇ, ਸਿਉਂਕ ਆਈ ਤੇ ਮਿੰਟਾਂ ਚ ਖਾ ਗਈ। ਤੇ ਕਹਿੰਦਾ ਗੁਲਾਬ ਦੇ ਫੁੱਲ ਦੇ ਕੰਢੇ ਦਾ ਕੋਈ ਦੇਖਦਾ ਹੀ ਨੀ, ਗੁਲਾਬ ਦੇ ਫੁੱਲਾਂ ਦੇ ਕੰਢੇ ਦਾ ਕੋਈ ਦੇਖਦਾ ਨੀ, ਪੱਤੇ ਦੇਖ ਕੇ ਕਹਿ ਦਿੰਦੇ ਆ ਵੀ ਦੇਖੋ ਕਿੰਨੇ ਬੋਲਿਆ। ਇੱਕ ਬੰਦਾ ਫੁੱਲ ਨੂੰ ਤੋੜ ਕੇ ਕਹਿੰਦਾ ਠੀਕ ਹੈ ਦੁੱਖ ਤਾਂ ਨੀ ਲੱਗਿਆ, ਵੀ ਦੱਸ ਭਲਾ ਕਮਲੇ ਉਹ ਵੀ ਕਦੇ ਬੋਲਿਆ। ਕਹਿੰਦਾ ਰੋਟੀ ਦਾ ਮਸਲਾ ਸਾਰਾ, ਜੀਭ ਬੰਦੇ ਤੋਂ ਬਹੁਤ ਕੁਛ ਕਰਾ ਵੀ ਦਿੰਦੀ ਆ, ਤੇ ਜ਼ਬਾਨ ਆ ਨਾ ਜਿਹੜੀ ਬੰਦੇ ਬਣਾ ਵੀ ਦਿੰਦੀ ਆ ਤੇ ਬੰਦੇ ਮਰਾ ਵੀ ਦਿੰਦੀ ਆ। ਟਾਈਮ ਬਦਲਦੇ ਦਾ ਪਤਾ ਥੋੜੀ ਲੱਗਦਾ, ਬੰਦੇ ਦੀ ਤਾਂ ਮਿੱਟੀ ਔਕਾਤ ਹੁੰਦੀ ਆ। ਟਾਈਮ ਬਦਲਦੇ ਦਾ ਪਤਾ ਥੋੜੀ ਲੱਗਦਾ, ਬੰਦੇ ਦੀ ਤਾਂ ਮਿੱਟੀ ਔਕਾਤ ਹੁੰਦੀ ਆ। ਜੇ ਫੁੱਲਾਂ ਤੇ ਸੋਈਏ ਤਾਂ ਪਹਿਲੀ ਰਾਤ ਹੁੰਦੀ ਆ, ਜੇ ਫੁੱਲ ਆਪਣੇ ਤੇ ਸੌਣ ਤਾਂ ਆਪਣੀ ਆਖਰੀ ਰਾਤ ਹੁੰਦੀ ਆ। ਕਹਿੰਦਾ ਕਿੱਦਾਂ ਦੇ ਤਜਰਬੇ ਹੋਇਆ ਜ਼ਿੰਦਗੀ ਚ, ਅਜੇ ਤਾਂ ਮੈਂ ਲਿਖ ਨਹੀਂ ਰਿਹਾ। ਕਿਸੇ ਗਰੀਬ ਦੀ ਕੁੱਲੀ ਚ ਜਾ ਕੇ ਇਹੀ ਕਹਿਣਾ ਹੁੰਦਾ, ਰੱਬਾ ਕਿੱਥੇ ਆ ਤੂੰ, ਮੈਨੂੰ ਦਿਖ ਨਹੀਂ ਰਿਹਾ। ਜੇ ਕੋਈ ਤੁਹਾਡਾ ਬਾਹਲਾ ਭੇਤੀ ਹੋਊ, ਉਹ ਵੀ ਤੁਹਾਡਾ ਮਾੜਾ ਫੇਰ ਹੀ ਕਰ ਸਕਦਾ। ਜੇ ਕੋਈ ਤੁਹਾਡਾ ਬਾਹਲਾ ਭੇਤੀ ਹੋਊ, ਉਹ ਵੀ ਤੁਹਾਡਾ ਮਾੜਾ ਫੇਰ ਹੀ ਕਰ ਸਕਦਾ। ਔਜਲੇ ਤੈਨੂੰ ਵੀ ਲੱਗਦਾ ਕੋਈ ਤੇਰਾ ਹੀ ਮਾਰ ਗਿਆ, ਕਿਉਂਕਿ ਸ਼ੇਰ ਦਾ ਸ਼ਿਕਾਰ ਵੀ ਕੋਈ ਸ਼ੇਰ ਹੀ ਕਰ ਸਕਦਾ।